ਕਿਉਂਕਿ ਭਾਅ ਜੀ ਪਹਿਲੀ ਵਾਰ ਸੁਰਜੀਤ ਪਾਤਰ ਜਿਹੜਾ ਸ਼ਬਦ ਹੈ ਜਾਂ ਨਾਮ ਹੈ ਕਦੋਂ ਮਿਲੇ, ਕਦੋਂ ਸਾਂਝ ਕੀਤੀ? ਪਹਿਲੀ ਵਾਰ ਤਾਂ ਸ਼ਾਇਦ ਜਦੋਂ ਮੈਂ ਪੜ੍ਹਦਾ ਹੁੰਦਾ ਸੀ, ਸਿਲੇਬਸ 'ਚ ਲੱਗੇ ਹੋਏ ਸੀ ਇਹਨਾਂ ਦੀ, ਸ਼ਾਇਦ ਉਹ ਕਵਿਤਾ ਸੀ ਪਹਿਲੀ ਜਿਹੜੀ ਮੈਂ ਪੜ੍ਹੀ ਸੀ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ, ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਸੋ ਉਸ ਕਿਰਦਾਰ 'ਤੇ ਇਨਸਾਨ ਉਹ ਪੱਕਾ ਰਿਹਾ। ਮੈਂ ਸਟੂਡੈਂਟ ਲਾਈਫ 'ਚ ਜਿਹਨੂੰ ਪਹਿਲੀ ਵਾਰੀ ਪੜ੍ਹਿਆ ਅਤੇ ਅੱਜ ਉਹਨੂੰ ਜਾਂਦੇ ਨੂੰ ਵੀ ਦੇਖ ਰਹੇ ਹਾਂ, ਉਹ ਗੀਤ 'ਤੇ ਪਹਿਰਾ ਦਿੰਦਾ ਰਿਹਾ। ਉਹਨੇ ਸ਼ਬਦ ਮਰਨ ਨਹੀਂ ਦਿੱਤੇ, ਉਹਨੇ ਸ਼ਬਦਾਂ ਦੇ ਅਰਥਾਂ ਨੂੰ ਕਦੇ ਸੁੱਕਣ ਮੁੱਕਣ ਨਹੀਂ ਦਿੱਤਾ ਕਿ ਉਹਨਾਂ ਦਾ ਰਸ ਖਤਮ ਹੋ ਜਾਵੇ। ਸੋ ਮੈਂ ਉਸ ਸ਼ਖਸ ਨੂੰ ਉਦੋਂ ਤੋਂ ਜਾਣਨਾ ਜਦੋਂ ਸਿਰਫ ਉਹਦਾ ਫੈਨ ਸੀ ਮੈਂ, ਅਤੇ ਮੈਂ ਉਸ ਸ਼ਖਸ ਨੂੰ ਅੱਜ ਉਸ ਤਰ੍ਹਾਂ ਵਿਦਾਇਗੀ ਦੇ ਰਿਹਾ ਕਿ ਜਿੱਦਾਂ ਸਾਨੂੰ ਆਪਣੇ ਬੱਚਿਆਂ ਵਾਂਗੂ, ਛੋਟੇ ਭਾਈਆਂ ਵਾਂਗੂ ਪਿਆਰ ਕਰਦੇ ਸੀ। ਉਹ ਜਿਹੜਾ ਇੱਕ ਜਜ਼ਬਾ ਸੀ ਉਹਨਾਂ ਦੇ ਅੰਦਰ, ਉਹ ਸ਼ਾਇਦ ਉਹਨਾਂ ਦੇ ਨਾਲ ਹੀ ਚਲਾ ਗਿਆ, ਕਿਉਂਕਿ ਐਡੇ ਵੱਡੇ ਕਿਰਦਾਰ ਦੇ ਲੋਕ ਹੋਣਾ ਔਰ ਇੰਨੇ ਸ਼ਾਂਤ ਸੁਭਾਅ ਦੇ ਹੋਣਾ ਔਰ ਇਹਨਾਂ ਸਭ ਲਈ ਇੱਕ ਬਰਾਬਰਤਾ ਦਾ ਨਜ਼ਰੀਆ ਰੱਖਣਾ ਸਭ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਦੋਂ ਤੁਸੀਂ ਫੇਮਸ ਹੋਏ, ਟੀਵੀਆਂ 'ਚ ਛਾ ਗਏ, ਤਾਂ ਕਦੇ ਗੱਲ ਹੋਈ ਕਿ ਗੁਰਪ੍ਰੀਤ ਤੇਰੀ ਉਹ ਚੀਜ਼ ਮੈਨੂੰ ਦੇਖੀ ਸੀ ਮੈਨੂੰ ਵਧੀਆ ਵਧੀਆ ਲੱਗੀ ਯਾਰ? ਉਹ ਤਾਂ ਬਹੁਤ ਹੁੰਦੀਆਂ ਸੀ ਜੀ, ਕਈ ਗੱਲਾਂ ਯਾਦ ਕਰ ਕਰਕੇ ਇੰਨਾ ਖੁੱਲ੍ਹ ਕੇ ਹੱਸਦੇ ਸੀ, ਇੰਨਾ ਖਿੜ ਕੇ ਹੱਸਦੇ ਸੀ ਕੋਈ ਤੇਰੀ ਫਲਾਣੀ ਗੱਲ ਇੱਦਾਂ ਉੱਦਾਂ, ਅਤੇ ਅਸੀਂ ਬੜੇ ਹੈਰਾਨ ਹੋਣਾ ਕਿ ਪਹਿਲੀ ਗੱਲ ਤਾਂ ਪਾਤਰ ਸਾਹਿਬ ਮੈਨੂੰ ਜਾਣਦੇ ਆ, ਮੇਰੇ ਵਾਸਤੇ ਬੜੀ ਵੱਡੀ ਗੱਲ ਆ। ਉਸ ਤੋਂ ਬਾਅਦ ਮੇਰਾ ਕੰਮ ਦੇਖਦੇ ਆ, ਔਰ ਉਸ ਤੋਂ ਵੱਡੀ ਗੱਲ ਕਿ ਉਹਨਾਂ ਨੂੰ ਪਸੰਦ ਆਉਂਦਾ, ਚੌਥੀ ਗੱਲ ਯਾਦ ਕਰਕੇ ਹੱਸਦੇ ਨੇ। ਮੈਨੂੰ ਲੱਗਦਾ ਸੀ ਕਿ ਮੇਰੇ ਮਾਂ ਪਿਓ ਲਈ ਵੀ ਇਹ ਸਭ ਤੋਂ ਵੱਡੇ ਮਾਣ ਵਾਲੀ ਗੱਲ ਹੋਈ, ਜਦੋਂ ਮੈਂ ਜਾ ਕੇ ਡੈਡੀ ਨੂੰ ਦੱਸਾਂਗਾ, ਡੈਡੀ ਪਾਤਰ ਸਾਹਿਬ ਮੇਰੀ ਫਲਾਣੀ ਗੱਲ ਤੋਂ ਬੜੇ ਖੁਸ਼ ਹੋਏ। ਪੈਸੇ ਕਿੰਨੇ ਲੈ ਕੇ ਆਏ ਹੋ, ਮੇਰੇ ਪੇਰੈਂਟਸ ਨੇ ਕੀ ਕਰਨਾ, ਉਹ ਤਾਂ ਉਹਨਾਂ ਨੂੰ ਰੋਟੀ ਰੋਜ਼ ਹੀ ਖਾਣੀ ਹੁੰਦੀ, ਬੰਦਾ ਰੋਟੀ ਖਾਂਦਾ। ਉਹਨਾਂ ਨੂੰ ਆਪਣਾ ਧੀ ਪੁੱਤ ਉਦੋਂ ਵੱਡਾ ਲੱਗਦਾ ਜਦੋਂ ਵੱਡੇ ਲੋਕ ਮਾਣ ਦਿੰਦੇ ਆ, ਅਤੇ ਮੇਰੇ ਘਰਦਿਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਪਾਤਰ ਸਾਹਿਬ ਜਾਂ ਉਸ ਪੱਧਰ ਦੇ ਜਿਹੜੇ ਹੋਰ ਲੋਕ ਤੁਹਾਨੂੰ ਕਦੇ ਮਿਲਦੇ ਨੇ, ਪਿਆਰ ਦਿੰਦੇ ਨੇ, ਤਾਂ ਤੁਹਾਡੇ ਵਾਸਤੇ ਉਹ ਬੜੇ ਮਾਣ ਵਾਲੀ ਗੱਲ ਹੁੰਦੀ। ਲਾਸਟ ਗੱਲ, ਇਰਸ਼ਾਦ ਕਮਲ ਮਿਲੇ ਸੀਗੇ, ਉਹ ਕਹਿੰਦੇ ਜਿਹੜੀ ਉਹ ਵਿਰਾਸਤ ਛੱਡ ਕੇ ਗਏ ਨੇ ਉਹ ਸੋਚ ਦੀ ਆਪਣੀ ਲੇਖਣੀ ਆਪਣੀ ਸ਼ਾਇਰੀ ਦੇ ਜ਼ਰੀਏ ਹੁਣ ਉਹ ਸਾਂਭ ਦੀ ਲੋੜ ਹੈ। ਸੀਐਮ ਕਹਿ ਕੇ ਗਏ ਨੇ ਪਾਤਰ ਅਵਾਰਡ ਸ਼ੁਰੂ ਕਰਾਂਗੇ, ਤੁਹਾਨੂੰ ਲੱਗਦਾ ਕਿ ਇੱਕ ਚੈਲੇਂਜ ਸਾਡੇ ਯੁਵਾ ਸ਼ਾਇਰਾਂ ਵਾਸਤੇ ਵੀ ਹੈਗਾ? ਨਹੀਂ ਨਹੀਂ ਬਿਲਕੁਲ, ਇਹ ਮਤ ਸੋਚੋ ਸਰਕਾਰ ਵਾਸਤੇ ਕੋਈ ਚੈਲੇਂਜ ਹੈ, ਨਾ ਸੋਚੋ ਸ਼ਾਇਰਾਂ ਵਾਸਤੇ, ਇਹ ਪੇਰੈਂਟਸ ਵਾਸਤੇ ਚੈਲੇਂਜ ਹੈ। ਜੇ ਪਾਤਰ ਤੁਹਾਡੇ ਘਰੋਂ ਮੁੱਕ ਗਿਆ, ਸਰਕਾਰ ਦਾ ਕਸੂਰ ਨਹੀਂ। ਜੇ ਪਾਤਰ ਵਰਗੇ ਜਾਂ ਹੋਰ ਵਧੀਆ ਸ਼ਾਇਰ ਪਾਸ਼ ਵਰਗੇ, ਅੰਮ੍ਰਿਤਾ ਪ੍ਰੀਤਮ ਵਰਗੇ, ਜੇ ਪ੍ਰੋਫੈਸਰ ਮੋਹਨ ਸਿੰਘ, ਧਨੀ ਰਾਮ ਚਾਤਰਕ, ਨੰਦ ਲਾਲ ਨੂਰਪੁਰੀ, ਜੇ ਫਿਰੋਜ਼ਦੀਨ ਸ਼ਰਫ ਤੁਹਾਡੇ ਘਰੋਂ ਮੁੱਕ ਗਏ ਨਾ, ਸਰਕਾਰਾਂ ਦਾ ਕੋਈ ਕਸੂਰ ਨਹੀਂ। ਇਹ ਨਾ ਤਾਂ ਬਾਕੀ ਸ਼ਾਇਰਾਂ ਦਾ ਕਸੂਰ ਹੈ, ਇਹ ਤੁਹਾਡਾ ਪੇਰੈਂਟਸ ਦਾ ਕਸੂਰ ਹੈ ਕਿ ਤੁਹਾਡੇ ਬੱਚੇ ਦੇ ਹੱਥ 'ਚ ਮੋਬਾਈਲ ਹੈ, ਉਹਦੇ ਹੀਰੋ ਬਣ ਰਹੇ ਨੇ, ਜਿਹਨਾਂ ਦਾ ਜ਼ਿਕਰ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੋਣਾ ਚਾਹੀਦਾ, ਅਤੇ ਉਹ ਲੋਕ ਉਹਨਾਂ ਨੂੰ ਭੁੱਲ ਰਹੇ ਨੇ ਜਿਹਨਾਂ ਦੀ ਜ਼ਿੰਦਗੀ ਜਿਹਨਾਂ ਦੇ ਮਾਰਗ 'ਤੇ ਚੱਲਣੀ ਚਾਹੀਦੀ ਹੈ। ਮਿਹਰਬਾਨੀ। ਤਾਂ ਇਹ ਸੀਗੇ ਗੁਰਪ੍ਰੀਤ ਘੁੱਗੀ, ਬਹੁਤ ਵੱਡੀ ਗੱਲ ਕਹਿ ਕੇ ਗਏ ਨੇ ਕਿ ਪਾਤਰ ਘਰੋਂ ਮੁੱਕਣਾ ਨਹੀਂ ਚਾਹੀਦਾ, ਹੁਣ ਪੇਰੈਂਟਸ ਦੀ ਜ਼ਿੰਮੇਦਾਰੀ ਹੈ, ਵਾਕਈ ਪਾਤਰ ਘਰੋਂ ਮੁੱਕਣਾ ਨਹੀਂ ਚਾਹੀਦਾ, ਇਹ ਜ਼ਿੰਮੇਦਾਰੀ ਸਾਡੀ ਸਾਰਿਆਂ ਦੀ ਹੈ।